ਗਲੋਬਲ ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਹੈ ਉਸ ਵੱਲੋਂ ਆਖਰੀ ਬਜਟ ਜਿਹੜਾ ਪਿਛਲੇ ਦਿਨਾਂ 'ਚ ਪੇਸ਼ ਕੀਤਾ ਗਿਆ ਉਹਦੇ 'ਚ ਖਾਸ ਤੌਰ 'ਤੇ ਕਿਸਾਨੀ ਨਾਲ ਜੁੜੇ ਮੁੱਦਿਆਂ 'ਤੇ ਕਈ ਦਾਅਵੇ ਅਤੇ ਵਾਅਦੇ ਕੀਤੇ ਗਏ। ਇਹ ਵੀ ਸਹੀ ਹੈ ਕਿ ਉਸੇ ਸਦਨ ਦੇ ਅੰਦਰ ਹੀ ਖੇਤੀ ਕਰਜ਼ਾ ਰਾਹਤ ਬਿੱਲ ਜਿਹੜਾ 2016 ਉਹ ਵੀ ਪਾਸ ਕੀਤਾ ਗਿਆ ਜਿਹਦੇ 'ਚ ਕਈ ਦਾਅਵਿਆਂ ਦੀ ਗੱਲ ਕੀਤੀ ਗਈ ਹੈ। ਦੂਜੇ ਪਾਸੇ ਜੇ ਦੇਖੀਏ ਤਾਂ ਕਿਸਾਨਾਂ ਦੀ ਤਰਾਸਦੀ ਹੈ ਕਿ ਆਏ ਦਿਨ ਖੁਦਕੁਸ਼ੀਆਂ ਹੋ ਰਹੀਆਂ, ਉਹਨਾਂ ਦੇ ਬੱਚਿਆਂ ਲਈ ਅੱਗੇ ਫਿਊਚਰ ਜਾਂ ਰੁਜ਼ਗਾਰ ਦੇ ਕੋਈ ਸਾਧਨ ਨਹੀਂ ਹੈ। ਕਿਸਾਨ ਜਥੇਬੰਦੀਆਂ ਆਏ ਦਿਨ ਰੋਸ ਵਿਖਾਵੇ ਕਰ ਰਹੀਆਂ, ਭਲਕੇ ਵੀ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵਿੱਚ ਜਿਹਦੇ 'ਚ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਕਿਸਾਨ ਜੁੜ ਰਹੇ ਹੈ, ਉਹਨਾਂ ਵੱਲੋਂ ਵੀ ਰੋਸ ਵਿਖਾਵਾ ਕੀਤਾ ਜਾ ਰਿਹਾ। ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਚਰਚਾ 'ਚ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ ਸਾ ਹਰਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਪ੍ਰੋਫੈਸਰ ਅਮਨਜੀਤ ਸਿੰਘ, ਸਵਰਾਜ ਅਭਿਆਨ ਦੇ ਸੀਨੀਅਰ ਨੇਤਾ, ਇੰਦਰਪ੍ਰੀਤ ਸਿੰਘ ਜੀ ਸਾਡੇ ਚੰਡੀਗੜ੍ਹ ਸ਼ਹਿਰ ਦੇ ਸੀਨੀਅਰ ਜਰਨਲਿਸਟ। ਮੈਂ ਤਿੰਨੇ ਮਹਿਮਾਨਾਂ ਨੂੰ ਜੀ ਆਖਦਾ। ਗਰੇਵਾਲ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਖਾਸ ਤੌਰ 'ਤੇ ਖੇਤੀ ਨਾਲ ਜੁੜੇ ਮੁੱਦਿਆਂ 'ਤੇ, ਜਿੱਦਾਂ ਮੈਂ ਕਿਹਾ ਕਿ ਬਜਟ 'ਚ ਬੜੇ ਦਾਅਵੇ ਅਤੇ ਵਾਅਦੇ ਕਿ ਕਿਸਾਨਾਂ ਦੇ ਲਈ ਬਹੁਤ ਕੁਝ ਕੀਤਾ ਗਿਆ, ਪਰ ਪਿਛਲੇ 9 ਸਾਲ ਦੇ ਵਿੱਚ ਆਪਣਾ ਹੀ ਪੰਜਾਬ ਦੇ ਅੰਦਰ ਰਾਜ ਰਿਹਾ, ਚਲੋ ਹੁਣ ਤਾਂ ਕੇਂਦਰ ਦੇ ਵਿੱਚ ਵੀ ਹੈ, ਅਤੇ ਕਿਸਾਨਾਂ ਦੀ ਹਾਲਤ ਆਏ ਦਿਨ ਨਿਗਰਦੀ ਜਾ ਰਹੀ ਹੈ। ਇਸ ਤਰ੍ਹਾਂ ਜਗਤਾਰ ਜੀ, ਵੈਸੇ ਪੰਜਾਬ 'ਚ ਹੀ ਨਹੀਂ, ਕਿਸਾਨ ਦੀ ਹਾਲਤ ਤਾਂ ਪੂਰੇ ਦੇਸ਼ 'ਚ ਹੀ ਖਰਾਬ ਆ। ਬਿਲਕੁਲ ਠੀਕ ਹੈ। ਔਰ ਸੁਸਾਈਡਸ 'ਤੇ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਉਹ ਉਸ ਨੂੰ ਦੇਖ ਕੇ ਜੇ ਅਸੀਂ ਕਹੀਏ ਤਾਂ ਉਹ ਮਹਾਰਾਸ਼ਟਰ ਔਰ ਪੰਜਾਬ ਦੇ ਅੰਦਰ ਜ਼ਿਆਦਾ ਹੋ ਰਹੇ ਆ। ਉਹਦਾ ਇੱਕ ਕਾਰਨ ਆ, ਕਿਸਾਨ ਜਿਹੜਾ ਹੈਗਾ ਪੰਜਾਬ ਔਰ ਮਹਾਰਾਸ਼ਟਰ ਜਿਹੜੇ ਮਾਰਸ਼ਲ ਕੌਮਾਂ ਨੇ ਜਿਹੜੀਆਂ ਖੇਤੀ ਦੇ ਨਾਲ ਜੁੜੀਆਂ ਹੋਈਆਂ ਨੇ, ਇੱਥੇ ਜੱਟ ਸਿੱਖ ਸਮਾਜ ਆ ਔਰ ਮਹਾਰਾਸ਼ਟਰ 'ਚ ਮਰਾਠਾ ਜੀ, ਔਰ ਉਹਦਾ ਕਾਰਨ ਇਹ ਆ ਕਿ ਜਿਹੜੇ ਉੜੀਸਾ, ਬਿਹਾਰ ਔਰ ਯੂਪੀ ਦੇ ਲੋਕ ਨੇ, ਉਹਨਾਂ ਨੇ ਗੁਰਬਤ ਜੀਣਾ ਸਿੱਖ ਲਿਆ, ਔਰ ਉਹਨਾਂ ਦੀ ਦੂਸਰੀ ਗੱਲ ਇਹ ਆ ਕਿ ਉਹਨਾਂ ਨੇ ਆਪਣੇ ਖਰਚੇ ਵੀ ਨਹੀਂ ਵਧਾਏ, ਉਹਨਾਂ ਦਾ ਜਿਹੜਾ ਵਰਕ ਕਲਚਰ ਆ ਉਹ ਵੀ ਖਤਮ ਨਹੀਂ ਹੋਇਆ। ਸਾਡੇ ਦੋ ਸਟੇਟਾਂ ਦੇ ਅੰਦਰ ਸਪੈਸ਼ਲੀ ਕੀ ਆ ਕਿ ਵਰਕ ਕਲਚਰ ਖਤਮ ਹੋ ਗਿਆ, ਲੇਬਰ ਬਾਹਰੋਂ ਆਉਂਦੀ ਹੈ। ਜੇ ਇੱਥੇ ਨਾ ਆਵੇ ਯੂਪੀ ਬਿਹਾਰ ਦੀ ਲੇਬਰ ਤਾਂ ਪੰਜਾਬ ਦਾ ਕਿਸਾਨ ਪਹਿਲਾਂ ਹੱਥ ਨਾਲ ਕੰਮ ਕਰਦਾ ਸੀ। ਗਰੇਵਾਲ ਜੀ, ਮੈਂ ਵਿੱਚੋਂ ਟੋਕ ਕੇ ਤੁਹਾਨੂੰ ਕਹਿਣਾ ਕਿ ਇਹਦਾ ਮਤਲਬ ਕਿ ਪੰਜਾਬ ਦਾ ਕਿਸਾਨ ਕੰਮ ਨਹੀਂ ਕਰਦਾ ਹੈ, ਨਿਖੱਟੂ ਹੋ ਗਿਆ, ਨਿਕੰਮਾ ਹੋ ਗਿਆ? ਮੈਂ ਨਹੀਂ ਕਹਿ ਰਿਹਾ ਨਿਖੱਟੂ ਹੋ ਗਿਆ ਜਾਂ ਨਿਕੰਮਾ ਹੋ ਗਿਆ, ਪਰ ਮੈਕਸੀਮਮ ਜਿਹੜੇ ਜ਼ਿਆਦਾ ਬਹੁਗਿਣਤੀ ਕਿਸਾਨ ਨੇ ਉਹਨਾਂ ਨਾਲ ਉਹਨਾਂ ਨੇ ਹੱਥ ਨਾਲ ਕੰਮ ਕਰਨਾ ਛੱਡਤਾ, ਉਹ ਲੇਬਰ 'ਤੇ ਡਿਪੈਂਡੈਂਟ ਹੋ ਗਏ। ਓਕੇ। ਔਰ ਉਹਨਾਂ ਨੇ ਆਪਣਾ ਸਟੈਂਡਰਡ ਜਿਹੜਾ ਲਿਵਿੰਗ ਸਟੈਂਡਰਡ ਸੀ ਉਹ ਵੀ ਬਹੁਤ ਵੱਧ ਗਿਆ। ਪਹਿਲਾਂ ਪਿੰਡ ਦੀਆਂ ਜ਼ਰੂਰਤਾਂ ਪਿੰਡ 'ਚ ਹੀ ਪੂਰੀਆਂ ਹੋ ਜਾਂਦੀਆਂ ਸੀ, ਹੁਣ ਉਹ ਗੱਲ ਨਹੀਂ ਰਹੀ। ਹੁਣ ਉਹਨੂੰ ਟੀਵੀ ਵੀ ਚਾਹੀਦਾ, ਫਰਿੱਜ ਵੀ ਚਾਹੀਦਾ, ਹੋਰ ਜ਼ਰੂਰਤਾਂ ਬਹੁਤ ਨੇ। ਉੱਧਰ ਜ਼ਮੀਨ ਦੇ ਛੋਟੇ ਛੋਟੇ ਟੁਕੜੇ ਹੋ ਗਏ, ਔਰ ਇਹ ਜਿਹੜੀ ਹਾਲਤ ਖਰਾਬ ਹੋਈ ਆ ਇਹ ਕੋਈ 1 ਸਾਲ 'ਚ ਤਾਂ ਹੋਈ ਨਹੀਂ ਜਾਂ ਸਾਡੀ ਸਰਕਾਰ ਨੇ ਨਹੀਂ ਕਰਤੀ। ਅੱਛਾ, ਦੂਸਰਾ ਕੀ ਹੈ ਕਿ ਇਸ ਵਾਰ ਤਾਂ ਸਰਕਾਰ ਨੇ ਉਲਟਾ ਕੇਂਦਰ ਦੇ ਅੰਦਰ ਵੀ ਬਹੁਤ ਸਲਾਹੁਣਯੋਗ ਗੱਲ ਆ, ਇਹ ਠੀਕ ਆ। ਮੈਂ ਨਹੀਂ ਕਹਿੰਦਾ ਕਿ ਉਹਦੇ ਨਾਲ ਆਤਮ ਹੱਤਿਆ ਰੁਕ ਜਾਣੀਆਂ ਨੇ, ਜੋ ਜੋ ਉਪਰਾਲੇ ਕੀਤੇ ਗਏ ਆ ਉਹ ਮੈਂ ਸਮਝਦਾ ਕਿ ਉਹ ਵੀ ਘੱਟ ਨੇ, ਕਿਸਾਨ ਦੇ ਲਈ ਜੋ ਉਪਰਾਲੇ ਕੀਤੇ ਗਏ ਉਹ ਘੱਟ ਨੇ, ਔਰ ਉਹ ਥੋੜ੍ਹਾ ਪਹਿਲਾਂ ਹੋਣੇ ਚਾਹੀਦੇ ਸੀ। ਓਕੇ ਗਰੇਵਾਲ ਜੀ, ਕੀ ਉਪਰਾਲੇ ਹੋਣੇ ਚਾਹੀਦੇ? ਮੈਂ ਇਹਨਾਂ ਮੁੱਦਿਆਂ 'ਤੇ ਆਉਣਾ। ਪ੍ਰੋਫੈਸਰ ਮਨਜੀਤ ਸਿੰਘ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਗਰੇਵਾਲ ਸਾਹਿਬ ਦਾ ਕਹਿਣਾ ਕਿ ਇਹਦੇ ਲਈ ਖਾਸ ਤੌਰ 'ਤੇ ਕਿਸਾਨਾਂ ਦੀਆਂ ਵੀ ਇੱਦਾਂ ਦੀਆਂ ਪ੍ਰਸਥਿਤੀਆਂ ਬਣ ਗਈਆਂ ਕਿ ਕੰਮ ਦੀ ਬਜਾਏ ਦੂਜਿਆਂ 'ਤੇ ਨਿਰਭਰਤਾ, ਪਰ ਇੱਕ ਗੱਲ ਤਾਂ ਬੜੀ ਸਪਸ਼ਟ ਹੀ ਹੈ ਕਿ ਜਿਹੜੀਆਂ ਪਾਰਟੀਆਂ ਦਾਅਵਾ ਕਰਦੀਆਂ ਪੰਜਾਬ ਦੇ ਅੰਦਰ ਕਿਸਾਨਾਂ ਦਾ ਹਿਤੈਸ਼ੀ ਹੋਣ ਦੀਆਂ, ਪਿਛਲੇ 9 ਸਾਲ ਤੋਂ ਪੰਜਾਬ 'ਚ ਉਹਨਾਂ ਦਾ ਹੀ ਰਾਜ ਹੈ, ਅਤੇ ਫਿਰ ਪੰਜਾਬ ਦੇ ਕਿਸਾਨਾਂ ਦੀ ਤਰਾਸਦੀ ਕਿਉਂ? ਜਿਹੜੀ ਇਹਨਾਂ ਨੇ ਆਰਗੂਮੈਂਟ ਦਿੱਤਾ ਕਿ ਮਾਰਸ਼ਲ ਅਤੇ ਨੌਨ ਮਾਰਸ਼ਲ ਅਤੇ ਅਸੀਂ ਕੰਮ ਦੀ, ਇਹ ਦੋਵੇਂ ਗੱਲਾਂ ਮੈਨੂੰ ਨਹੀਂ ਲੱਗਦਾ ਇੰਨੀਆਂ, ਕਿਹੜੀ ਮਾਰਸ਼ਲਟੀ ਵਾਲੀ ਗੱਲ ਹੈ? ਇਸ ਤਰ੍ਹਾਂ ਨਹੀਂ ਹੈ। ਅਸਲੀ ਗੱਲ ਹੈ ਕਿ ਜਿੱਥੇ ਜਿੱਥੇ ਖੇਤੀ ਮੰਡੀਕਰਨ ਹੋ ਗਿਆ ਖੇਤੀ ਦਾ, ਜਿੱਥੇ ਜਿੱਥੇ ਕਮਰਸ਼ੀਅਲ ਹੋ ਗਈ ਖੇਤੀ, ਉੱਥੇ ਹੀ ਖੇਤੀ ਵਾਲਾ ਜਿਹੜਾ ਕਰਨ ਵਾਲਾ ਉਹ ਨਪੀੜਿਆ ਗਿਆ, ਕਿਉਂਕਿ ਜਿਹੜੀ ਮੰਡੀ ਜਦੋਂ ਜਾਂਦੀ ਆ ਤਾਂ ਉਹ ਅਗੇਂਸਟ ਫਾਰਮਰ ਜਾਂਦੀ ਹੈ, ਇਤਿਹਾਸਕ ਫੈਕਟ ਹੈਗਾ। ਜਿਹੜੇ ਬੰਦੇ ਨੇ ਅੱਜ ਇੱਥੇ ਕ ਜਿਹਦੇ 2 ਏਕੜ ਜ਼ਮੀਨ ਹੈ, 4 ਏਕੜ ਜ਼ਮੀਨ ਹੈ, ਉਹ ਹੀ ਵੱਢ ਲਿਆ, ਉਹ ਬੀਜ ਲਿਆ, ਉਹ ਘਰੇ ਖਾ ਲਿਆ, ਜਾਣਾ ਹੀ ਨਹੀਂ ਮੰਡੀ ਨਾਲ, ਜਿਹਦਾ ਕੰਟੈਕਟ ਘੱਟ ਹੈ, ਉਹਨੇ ਸੁਇਸਾਈਡ ਕਾਹਦਾ ਕਰਨਾ, ਉਹਨੇ ਤਾਂ ਕਰਜ਼ਾ ਲਿਆ ਹੀ ਨਹੀਂ। ਇਹ ਬੰਦੇ ਕਰਜ਼ਾ ਲੈਂਦੇ ਆ, ਔਰ ਕਰਜ਼ੇ ਦਾ ਭਾਰ ਇੰਨਾ, ਹੁਣੇ ਸਟੱਡੀ ਆਈ ਹੈ ਕਿ 60,000 ਕਰੋੜ ਰੁਪਈਏ ਤੋਂ ਉੱਪਰ ਪੰਜਾਬ ਦੀ ਕਿਸਾਨੀ 'ਤੇ ਕਰਜ਼ਾ, ਇਹਦੇ 'ਚ 15 ਤੋਂ 20 ਹਜ਼ਾਰ ਕਰੋੜ ਤੁਸੀਂ ਦੂਜਿਆਂ 'ਤੇ ਵੀ ਲਾ ਲਓ, ਉਹਨਾਂ ਦਾ ਵੀ ਕਰਜ਼ਾ, ਜਿਹੜੇ ਮਜ਼ਦੂਰ ਆ ਜਾਂ ਪੇਂਡੂ ਛੋਟੇ ਕਾਰੋਬਾਰਾਂ ਵਾਲੇ, ਉਹਨਾਂ ਦਾ ਵੀ ਕਰਜ਼ਾ ਕੋਈ ਘੱਟ ਨਹੀਂ। ਸਾਡੀ ਆਪਣੀ ਸਟੱਡੀ ਹੈ, ਇੰਨਾ ਵੱਡਾ ਅਮਾਊਂਟ ਜਿਹੜਾ ਕਰਜ਼ੇ ਦਾ ਪੰਜਾਬ ਦੇ ਉੱਤੇ ਹੈਗਾ, ਇਹ ਕਿਵੇਂ ਹੋਇਆ? 1970 'ਚ ਜੋ ਜਿਣਸ ਦਾ ਜਾਂ ਕਣਕ ਦਾ ਭਾਅ ਸੀਗਾ 76 ਰੁਪਈਏ,
ਉਹ ਹੁਣ ਜੇ ਆਪਾਂ ਅੱਜ ਦੇ ਭਾਅ ਨਾਲ ਦੇਖੀਏ ਤਾਂ 19 ਟਾਈਮ ਵਧਿਆ, ਜਦਕਿ ਜਿਹੜੀਆਂ ਉਹਨਾਂ ਦੀਆਂ ਇਨਪੁੱਟਸ ਦੀਆਂ ਪ੍ਰਾਈਸਿਸ ਉਹ ਬਹੁਤ ਵਧੀਆਂ ਆ। ਓਕੇ, ਹਾਂ, ਹੁਣ ਦੂਜੇ ਪਾਸੇ ਜਿਹੜੀਆਂ ਤਨਖਾਹਾਂ ਵਧੀਆਂ ਲੋਕਾਂ ਦੀਆਂ, ਟੀਚਰਾਂ ਦੀਆਂ, ਇੰਪਲਾਈਜ਼ ਦੀਆਂ, ਹੋਰਨਾਂ ਦੀਆਂ, ਈਵਨ ਕਲਾਸ 4 ਦੀਆਂ, ਉਹਨਾਂ ਦੀ ਗਿਣਤੀ ਕਰੀਏ ਤਾਂ 200 ਤੋਂ 300 ਗੁਣਾ ਵਧੀਆਂ। ਕਿੱਥੇ 19 ਗੁਣਾ, ਕਿੱਥੇ 200 ਤੋਂ 300 ਗੁਣਾ। ਜਦੋਂ ਇੰਨਾ ਪੈਸਾ ਮਿਡਲ ਕਲਾਸ ਕੋਲ ਆ ਜਾਂਦਾ ਤਾਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ। ਚੀਜ਼ਾਂ ਮਹਿੰਗੀਆਂ ਹੋ ਗਈਆਂ ਜਿਹੜੀਆਂ ਉਹਨੇ ਬਾਹਰੋਂ ਖਰੀਦਣੀਆਂ ਆਪਣੀ ਜਿਣਸ ਵੇਚ ਕੇ, ਉਹ ਵੀ ਮਹਿੰਗੀਆਂ ਹੋ ਗਈਆਂ। ਜਿਹੜੀ ਉਹਨੇ ਇਨਪੁੱਟ ਪਾਉਣੀ ਆ ਉਹ ਵੀ ਮਹਿੰਗੀ ਹੋ ਗਈ, ਉਹਨੂੰ ਬਚਦਾ ਕੁਛ ਨਹੀਂ। ਲਾਸਟ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਕੀ ਬਚਦਾ। 75% ਜਿਹੜੀ ਕਿਸਾਨੀ ਆ ਉਹ 5 ਏਕੜ ਤੋਂ ਥੱਲੇ ਵਾਲੀ ਆ ਪੰਜਾਬ ਦੇ ਵਿੱਚ, ਔਰ ਉਹਨਾਂ ਨੂੰ ਜਿਹੜਾ ਬਚਦਾ ਆ ਔਸਤਨ 5000 ਰੁਪਈਏ ਪਰ ਮਹੀਨਾ ਉਹਨਾਂ ਦੀ ਇਨਕਮ। ਓਕੇ, ਆਪਾਂ ਗਰੇਵਲ ਜੀ ਮੌਨਾ ਤੁਹਾਡੇ ਵੱਲ, ਇੰਦਰ ਵੀਰ ਜੀ ਇਸ ਮੁੱਦੇ 'ਤੇ ਤੁਸੀਂ ਬੀਂਗ ਏ ਜਰਨਲਿਸਟ, ਜਿਹੜਾ ਲੰਬੇ ਸਮੇਂ ਤੋਂ ਸਰਕਾਰਾਂ ਕਵਰ ਕਰ, ਜੋ 9 ਸਾਲ 'ਚ ਵਾਪਰਿਆ ਕਿ ਕਿਸਾਨਾਂ ਦੀਆਂ ਜਿਹੜੀਆਂ ਇੱਦਾਂ ਦੀ ਹਾਲਤ ਬਣੀ ਆ, ਕਿਤੇ ਸਰਕਾਰਾਂ ਦੀਆਂ ਨੀਤੀਆਂ ਜ਼ਿੰਮੇਵਾਰ ਨਹੀਂ ਹੈ ਇਹਦੇ ਲਈ? ਦੇਖੋ, ਪਿਓਰ ਗੌਰਮੈਂਟ ਪੋਲਿਸੀਜ਼ ਕਰਕੇ ਇੱਦਾਂ ਹੁੰਦਾ। ਅੱਜ 2 ਦਿਨ ਪਹਿਲਾਂ ਹੀ ਅਸੀਂ ਇਸ ਗੱਲ 'ਤੇ ਥੋੜ੍ਹਾ ਡਿਬੇਟ ਕਰ ਰਹੇ ਸੀ ਵੀ ਕਰਜ਼ਾ ਇੰਨਾ ਚੜ੍ਹਦਾ ਕਿਵੇਂ ਹੈ, ਕਿਉਂ ਚੜ੍ਹ ਜਾਂਦਾ ਇੰਨਾ। ਤਾਂ ਜਗਤਾਰ ਜੀ, ਤੁਹਾਨੂੰ ਬਹੁਤ ਹੈਰਾਨੀ ਹੋਊਗੀ ਵੀ ਸਾਡੇ ਕੋਲ ਪੂਰੀ ਪੰਜਾਬ 'ਚ 1 ਕਰੋੜ ਏਕੜ ਦੇ ਕਰੀਬ ਕਰੀਬ ਸਾਡੀ ਜ਼ਮੀਨ ਹੈ, ਜਿਹਤੋਂ ਅਸੀਂ 80 ਲੱਖ ਜਿਹੜੀ ਏਕੜ ਹੈ ਉਹ ਅਸੀਂ ਉਸ 'ਤੇ ਖੇਤੀ ਕਰਦੇ ਹਾਂ। ਵਾਹੀ ਯੋਗ ਹੈ ਜਿਹੜੀ, ਉਹ 'ਚ ਅਗਰ ਆਪਾਂ ਨੂੰ 10% ਉਹ 'ਚ ਇਹੋ ਜਿਹੀ ਕੱਢ ਦਈਏ ਜਿਸ 'ਚ ਸਬਜ਼ੀਆਂ ਵਗੈਰਾ ਇਹੋ ਜਿਹੀਆਂ ਹੁੰਦੀਆਂ, ਜਿਸ 'ਚ ਬਹੁਤੇ ਵੱਡੇ ਕਰਜ਼ੇ ਦੀ ਲੋੜ ਨਹੀਂ ਪੈਂਦੀ, ਤਾਂ ਸਾਡੇ ਕੋਲ 70 ਕੁ ਬਣਦਾ। ਅਤੇ ਤੁਸੀਂ ਉਹਨੂੰ ਡਿਵਾਈਡ ਕਰ ਲਓ, ਸਾਡੀ ਜਿਹੜੀ ਕਣਕ ਹੈ ਪ੍ਰਤੀ ਏਕੜ ਜਾਂ ਕੋਈ ਵੀ ਹੋਰ ਫਸਲ, ਉਹ 30,000 ਤੋਂ ਵੱਧ ਤਾਂ ਆਉਂਦੀ ਨਹੀਂ ਹੈ। ਤਾਂ ਇਹਨਾਂ ਨੇ ਜੋ ਐਗਰੀਕਲਚਰ ਡਿਪਾਰਟਮੈਂਟ ਨੇ ਸਾਰਾ ਇਹ ਲਗਾਇਆ ਹੈ, ਉਹ ਲਗਾਇਆ ਹੋਇਆ 15,000 ਰੁਪਏ ਪਰ ਏਕੜ 'ਤੇ ਖਰਚਾ ਆਉਂਦਾ, ਯਾਨੀ ਕਿ ਉਹਨੂੰ ਉਹਦੇ ਲਈ ਲੋਨ ਲੈਣਾ ਪੈਂਦਾ। ਤਾਂ ਉਸ ਹਿਸਾਬ ਨਾਲ ਸਾਨੂੰ 12,000 ਜਾਂ 13,000 ਕਰੋੜ ਰੁਪਇਆ ਚਾਹੀਦਾ ਪਰ ਫਸਲ, ਵੀ ਇੰਨਾ ਕੁ ਲੋਨ ਦੇ ਦਈਏ ਉਹੀ ਫਿਰ ਉਸ ਫਸਲ 'ਤੇ ਵਾਪਸ ਆ ਜਾਏ। ਜਦਕਿ ਮੈਂ ਤੁਹਾਨੂੰ ਦੱਸਾਂ ਕਿ ਜਾਂਦਾ ਕਿੰਨਾ, 6,500 ਕਰੋੜ ਤੱਕ ਇਕੱਲੇ ਕੋਆਪਰੇਟਿਵ ਬੈਂਕਾਂ ਦਾ, ਔਰ 22,000 ਕਰੋੜ ਦੂਜੇ ਕਮਰਸ਼ੀਅਲ ਬੈਂਕਾਂ ਦਾ। ਤੁਸੀਂ ਲਾ ਲਓ 28,000 ਕਰੋੜ ਰੁਪਇਆ ਅਸੀਂ ਕਿਸਾਨਾਂ ਨੂੰ ਦੇ ਰਹੇ ਹਾਂ। ਕਿਉਂ ਦੇ ਰਹੇ ਹਾਂ, ਮਤਲਬ ਉਹ ਕਿਵੇਂ, ਉਹ ਅਗਰ ਜ਼ਰੂਰਤ ਹੀ ਨਹੀਂ ਹੈ ਉਹ ਫਿਰ ਕਰਜ਼ਾ ਜਾ ਕਿੱਥੇ ਰਿਹਾ? ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਉਹ ਕਰਜ਼ੇ ਨੂੰ ਜਾਂ ਕਿਤੇ ਹੋਰ ਯੂਜ਼ ਕਰ ਰਹੇ, ਨੋਨ ਪ੍ਰੋਡਕਟਿਵ। ਹਾਂ ਜੀ, ਉਹਦੇ 'ਚ ਤੁਸੀਂ ਦੇਖੋ ਕਿ ਜਾਣ ਬੁੱਝ ਕੇ ਉਹਨਾਂ ਨੂੰ ਕਰਜ਼ ਜਾਲ 'ਚ ਫਸਾਇਆ ਹੋਇਆ ਕਿ ਉਹ ਨਿਕਲ ਹੀ ਨਾ ਸਕਣ। ਇਸੇ ਕਰਕੇ ਕਿਸਾਨਾਂ ਦੇ ਨਾਲ ਜਿਹੜੀਆਂ ਚੀਜ਼ਾਂ ਨੇ, ਚਾਹੇ ਉਹ ਬੀਜਾਂ ਦੀਆਂ ਕੰਪਨੀਆਂ ਹੋਣ, ਚਾਹੇ ਪੈਸਟੀਸਾਈਡ ਦੀਆਂ ਕੰਪਨੀਆਂ ਹੋਣ, ਚਾਹੇ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਹੋਣ ਜਾਂ ਹੋਰ ਇੰਪਲੀਮੈਂਟਸ ਬਣਾਉਣ ਵਾਲੀਆਂ ਕੰਪਨੀਆਂ ਹੋਣ, 0 ਤੋਂ ਉੱਠ ਕੇ ਉਹ ਇੱਥੇ ਪਹੁੰਚ ਗਈਆਂ ਸਾਰੀਆਂ, ਪਰ ਕਿਸਾਨ ਇੱਥੇ ਤੋਂ 0 ਤੇ ਆ ਗਿਆ। ਉਹ ਇੰਨਾ ਕਰਜ਼ 'ਚ ਉਹਨੂੰ ਉਲਝਾਤ ਹੈ, ਬਾਰ ਬਾਰ ਹੋਰ ਕਰਜ਼ਾ ਦੇਈ ਜਾਂਦੇ ਆ, ਹੋਰ ਕਰਜ਼ਾ ਦੇਈ ਜਾਂਦੇ ਆ। 2-2 ਏਕੜ ਜਿਹਨਾਂ ਕੋਲ ਹੈ ਉਹਨਾਂ ਕੋਲ ਵੀ ਟਰੈਕਟਰ ਖੜ੍ਹੇ ਹੈ, ਜਿਹੜਾ 800 ਘੰਟਾ, ਮਤਲਬ 800 ਘੰਟੇ ਚੱਲਣਾ ਚਾਹੀਦਾ ਸਾਲ 'ਚ, ਉਹ ਤਾਂ 100 ਘੰਟੇ ਵੀ ਨਹੀਂ ਚੱਲਦਾ ਕਿਉਂਕਿ ਉਹਨਾਂ ਦੀ ਜ਼ਰੂਰਤ ਹੀ ਨਹੀਂ ਹੈ। ਲਾਗਤ ਪਰ 5-7 ਲੱਖ 10 ਲੱਖ ਜੋ ਵੀ ਤੁਸੀਂ ਕਰਜ਼ਾ ਜ਼ਮੀਨ ਦੇ ਕੇ ਏਕੜ ਦਾ ਉਹ ਲੈ ਲਿਆ, ਉਹ ਤੁਹਾਡਾ ਗੱਲ ਤਾਂ ਕਿਸੇ ਤਰ੍ਹਾਂ ਹੀ ਘੁੱਟੇਗਾ ਹੀ। ਬਾਕੀ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਤਾ ਕਿ ਜਿਹੜੀ ਆਮਦਨ ਤੋਂ ਇਹ ਕਰਜ਼ਾ ਲੈਣਾ ਸੀ ਉਹ ਤਾਂ ਬਹੁਤ ਹੀ ਡਾਊਨ ਹੋ ਗਈ। ਜੀ, ਮੈਂ ਇਸ ਮੁੱਦੇ 'ਤੇ ਆਉਣਾ, ਜਿਹੜੀ ਗਰੇਵਲ ਸਾਹਿਬ ਜਿਹੜੇ ਤੁਸੀਂ ਕਹਿ ਵੀ ਰਹੇ ਸੀ, ਇਹਨਾਂ ਨੇ ਆਮਦਨ ਦਾ ਇਸ਼ੂ ਵੀ ਨਾਲ ਖੜਾ ਕੀਤਾ। ਮੈਂ ਇਹਨਾਂ ਦੀ ਪਹਿਲਾਂ ਤਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦੀ ਗੱਲ 'ਚ ਜਿਹੜੀ ਮੰਡੀ ਦੀ ਵਿਵਸਥਾ ਦੀ ਗੱਲ ਕੀਤੀ ਹੈ, ਤੁਸੀਂ ਅੱਜ ਵੀ ਦੇਖ ਲਓ ਯੂਪੀ ਬਿਹਾਰ ਦੇ ਅੰਦਰ ਕਿਸਾਨ ਕਰਜ਼ੇ 'ਚ ਦਬਿਆ ਹੁੰਦਾ, ਉਹਦੇ ਖੇਤਾਂ 'ਚੋਂ ਹੀ ਖਰੀਦ ਕੇ ਲੈ ਜਾਂਦੇ ਆ, ਮੰਡੀ ਤੱਕ ਤਾਂ ਉਹਦੀ ਫਸਲ ਨਹੀਂ ਜਾਂਦੀ, ਮੰਡੀ ਦੀ ਵਿਵਸਥਾ ਨਹੀਂ ਹੈ ਉਨੀ। ਔਰ ਇੱਥੇ ਜੇ ਮੰਡੀ ਦੀ ਵਿਵਸਥਾ ਹੈ, ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਕਿ ਕੁਛ ਕਿਸਾਨਾਂ ਨੇ ਕਰਜ਼ੇ 'ਚ ਦਬੇ ਹੋਣ ਕਰਕੇ ਆਪਣੇ ਖੇਤਾਂ 'ਚੋਂ ਹੀ ਵੇਚੀ, ਡਿਸਟ੍ਰੈਸ ਸੇਲ ਉਹਨੂੰ ਕਰਨੀ ਪੈਂਦੀ, ਉਹ ਅੱਜ ਤੋਂ ਨਹੀਂ ਕਰਨੀ ਪੈਂਦੀ, ਬਹੁਤ ਸਾਲਾਂ ਤੋਂ ਕਰ ਰਿਹਾ, ਔਰ ਉਹ ਵਿਵਸਥਾ ਨਹੀਂ ਸੁਧਰੀ। ਮੈਂ ਉਹਦੇ ਇਹ ਚੀਜ਼ ਮੈਂ ਮੰਨਦਾ, ਪੂਰੀ ਸੁਧਰਨੀ ਚਾਹੀਦੀ ਹੈ। ਬਿਲਕੁਲ। ਔਰ ਦੂਸਰੀ ਗੱਲ ਜਿਹੜੀ ਇਹ ਕਹਿੰਦੇ ਆ ਕਿ ਵਾਹੀਯੋਗ ਜਿਹੜੀ ਜ਼ਮੀਨ ਆ ਪੰਜਾਬ ਦੀ, 64% ਜ਼ਮੀਨ ਹੀ ਸਿਰਫ ਵਾਹੀਯੋਗ ਆ, ਬਾਕੀ ਨਹੀਂ ਹੈਗੀ। ਔਰ ਬਾਕੀ ਜ਼ਮੀਨ ਹੁਣ ਜ਼ਮੀਨ ਦਾ ਪਾਣੀ ਖਰਾਬ ਹੋਣ ਕਰਕੇ ਉਹ ਬੰਜਰ ਹੋਈ ਜਾਂਦੀ ਹੈ, ਮਾਨਸਾ ਵਾਲੇ ਏਰੀਏ 'ਚ, ਬਾਕੀ ਏਰੀਏ 'ਚ ਜ਼ਮੀਨ ਦਾ ਪਾਣੀ ਬਹੁਤ ਗਹਿਰਾ ਚਲਾ ਗਿਆ। ਔਰ ਦੂਸਰਾ ਕੀ ਹੈ ਕਿ ਉਹਦੇ ਲਈ ਉਪਰਾਲੇ ਕਰਨੇ ਪੈਣੇ ਆ, ਇੱਕ ਤਾਂ ਕੋਆਪਰੇਟਿਵ ਐਗਰੀਕਲਚਰ ਦੀ ਤਰਫ ਸਾਨੂੰ ਵਧਣਾ ਪੈਣਾ, ਜੈਨੂਨ ਕੋਆਪਰੇਟਿਵ ਹੋਵੇ, ਇਹ ਨਾ ਹੋਵੇ ਉਹਦੇ 'ਚ ਵੀ ਕਿਸਾਨ ਦਾ ਸ਼ੋਸ਼ਣ ਹੋਣ ਲੱਗ। ਪਰ ਇਹਦੇ ਲਈ ਗਰੇਵਾਲ ਜੀ, ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ, ਕਿਸੇ ਲੈਵਲ 'ਤੇ ਜਿਹੜੀਆਂ ਸਰਕਾਰਾਂ ਹੈਗੀਆਂ, ਸਰਕਾਰਾਂ ਦੀਆਂ ਨੀਤੀਆਂ ਵੀ ਤਾਂ ਜ਼ਿੰਮੇਵਾਰ ਹੈ। ਨਹੀਂ, ਸਰਕਾਰਾਂ ਦੀਆਂ ਨੀਤੀਆਂ ਤਾਂ ਬਿਲਕੁਲ, ਖਾਲੀ ਸਰਕਾਰਾਂ ਦੀਆਂ ਨੀਤੀਆਂ ਜ਼ਿੰਮੇਦਾਰ ਨਹੀਂ ਹੈ, ਉਹਦੇ ਜਿਹੜੀ ਵਿਵਸਥਾ ਕਿਸਾਨ ਦੀ ਚੱਲੀ ਆ ਰਹੀ ਆ ਉਹ ਵੀ ਜ਼ਿੰਮੇਦਾਰ ਆ, ਔਰ ਸਰਕਾਰਾਂ ਦੀਆਂ ਨੀਤੀਆਂ ਵੀ। ਇੱਕ ਤਾਂ ਹੁਣ ਜ਼ਮੀਨ ਦੇ ਹੋਰ ਛੋਟੇ ਟੁਕੜੇ ਨਾ ਹੋਣ, ਇਹਦੇ ਲਈ ਕੋਈ ਐਸਾ ਕਾਨੂੰਨ ਲਿਆਉਣਾ ਪੈਣਾ। ਓਕੇ ਓਕੇ, ਬਿਲਕੁਲ, ਇਸ ਕਾਨੂੰਨ ਦੀ ਜਦੋਂ ਆਪਾਂ ਗੱਲ ਕਰਦੇ। ਗਰੇਵਾਲ ਜੀ, ਮੈਂ ਆਉਣਾ ਵਾਪਸ ਤੁਹਾਡੇ ਵੱਲ, ਹੁਣ ਵਕਤ ਹੈ ਕਿ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹਨਾਂ ਮੁੱਦਿਆਂ 'ਤੇ ਵਾਪਸ ਆਉਂਦੇ ਹਾਂ।
ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਗ੍ਰਿਵਲ ਜੀ, ਬ੍ਰੇਕ ਤੋਂ ਪਹਿਲਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ, ਮੈਂ ਕਹ ਰਿਹਾ ਕਿਸਾਨ ਨੀਤੀਆਂ ਦੇ ਪ੍ਰਤੀ ਜਿਹੜਾ ਕਿਸੇ ਤਰ੍ਹਾਂ ਸਰਕਾਰਾਂ ਵੀ ਤਾਂ ਜ਼ਿੰਮੇਵਾਰ ਹੈ, ਜਿਹੜੀ ਇਤਰਾਜ਼ਦੀ ਹੋਈ ਹੈ। ਬਿਲਕੁਲ, ਮੈਂ ਇਹ ਦੱਸਦਾ ਕਿ ਬਾਜਪਾਈ ਜੀ ਜਦੋਂ ਸਰਕਾਰ ਦਾ ਆਖਰੀ ਬਜਟ ਆਇਆ ਸੀ, ਉਹਦੇ 'ਚ ਉਹ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਬੋਲਦੇ ਹੋਏ ਕਿਹਾ ਸੀ ਕਿ ਹਜ਼ਾਰਾਂ ਸਾਲ ਤੋਂ ਕਿਸਾਨ ਦੀ ਲੁੱਟ ਹੋ ਰਹੀ ਹੈ, ਮੰਡੀ ਦੀ ਵਿਵਸਥਾ ਸੁਧਰਨੀ ਚਾਹੀਦੀ ਆ, ਉਹਨੂੰ ਘੱਟ ਕੀਮਤ 'ਤੇ ਆਪਣੀ ਪੈਦਾਵਾਰ ਵੇਚਣੀ ਪੈਂਦੀ ਹੈ। ਇੱਕ ਤਾਂ ਪਹਿਲਾਂ ਹੀ ਘਾਟੇ ਦਾ ਸੌਦਾ, ਹੋਰ ਘਾਟਾ ਹੋ ਜਾਂਦਾ। ਉਸ ਤੋਂ ਬਾਅਦ ਆ ਕੇ 10 ਸਾਲ ਲਗਾਤਾਰ UPA ਦੀ ਸਰਕਾਰ ਰਹੀ ਹੈ, ਉਹਨਾਂ ਨੇ ਉਸ ਵਿਵਸਥਾ ਨੂੰ ਸੁਧਾਰਨ ਲਈ ਕੁਛ ਨਹੀਂ ਕੀਤਾ। ਇੱਕ ਦੂਸਰਾ ਕਾਰਨ ਇਹ ਹੈ ਕਿ ਜਿਹੜਾ ਐਗਰੀਕਲਚਰ ਆ, ਇਹ ਸਟੇਟ ਸਬਜੈਕਟ ਆ, ਇਸ ਕਰਕੇ ਸੈਂਟਰ 'ਚ ਅਲੱਗ ਤੋਂ ਉਹਦੇ ਲਈ ਬਜਟ ਨਹੀਂ ਆਉਂਦਾ। ਗਰੇਵਾਲ ਜੀ ਮੈਂ ਬਿਲਕੁਲ ਤੁਹਾਨੂੰ ਟੋਕ ਇਸ ਗੱਲ ਦੀ ਮਾਫ਼ੀ, ਤੁਸੀਂ ਕਹਿੰਦੇ ਸਟੇਟ ਸਬਜੈਕਟ ਹੈ, ਇਸ ਵੇਲੇ ਜਿਹੜੀਆਂ ਸਟੇਟਸ ਹੈਗੀਆਂ ਉਹ ਤਾਂ ਕਹਿੰਦੇ ਕਿ ਮਿਊਂਸਪਲ ਕਮੇਟੀਆਂ ਬਣੀਆਂ ਪਈਆਂ, ਉਹਨਾਂ ਕੋਲ ਪੈਸੇ ਹੀ ਨਹੀਂ, ਬਜਟ ਹੀ ਨਹੀਂ ਹੈ। ਔਰ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਉਹਦੇ ਚੀਫ ਮਿਨਿਸਟਰ ਵਾਰ ਵਾਰ ਕੇਂਦਰ ਨੂੰ ਇਹ ਗੱਲ ਕਹਿ ਰਿਹਾ ਕਿ ਸਾਨੂੰ ਜਿਹੜਾ ਹੈਗਾ ਕੋਈ ਨਾ ਕੋਈ ਕੰਸੈਸ਼ਨ ਦਿਓ, ਸਾਨੂੰ ਪੈਕੇਜ ਦਿਓ ਤਾਂ ਕਿ ਕਿਸਾਨੀ ਨੂੰ ਅਸੀਂ ਬਚਾ ਸਕੀਏ। ਲੈਟ ਮੀ ਕੰਪਲੀਟ ਜੀ। ਉਸ ਦੇ ਬਾਵਜੂਦ ਐਗਰੀਕਲਚਰ ਸੈਕਟਰ ਦੇ ਲਈ 35,000 ਕਰੋੜ ਰੁਪਇਆ ਅਲੱਗ ਤੋਂ ਕੇਂਦਰ ਨੇ ਰੱਖਿਆ ਇਸ ਵਾਰ, ਪਹਿਲੀ ਵਾਰ ਇਹ ਹੋਇਆ। ਔਰ 87,000 ਕਰੋੜ ਜਿਹੜਾ ਉਹ ਇਹਦੇ ਲਈ ਰੂਰਲ ਡਿਵੈਲਪਮੈਂਟ ਲਈ ਅਲੱਗ ਤੋਂ ਰੱਖਿਆ ਗਿਆ। ਓਕੇ। ਔਰ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਆਉਣ ਵਾਲੇ 2 ਸਾਲਾਂ ਦੇ ਅੰਦਰ ਜਿੰਨੇ ਪਿੰਡ ਨੇ ਉਹ ਸਾਰੇ ਲਿੰਕ ਰੋਡਸ ਨਾਲ ਜੁੜ ਜਾਣੇ ਆ, ਔਰ ਇਹ ਸਾਰੇ ਪ੍ਰਾਵਧਾਨ ਕੀਤੇ ਗਏ ਆ ਜਿੰਨੇ ਮੈਕਸ। ਗਰੇਵਾਲ ਜੀ ਮੈਂ ਗੱਲ ਜਿਹੜੀ ਕਿ ਮੈਂ ਪ੍ਰੈਸਾਂ ਵੱਲ ਵੀ ਜਾਣਾ, ਅੱਜ ਤੁਸੀਂ ਜਿਹੜਾ ਹੈਗਾ ਇਸ ਰੀਜਨ ਦੇ ਇੱਕ ਲੀਡਿੰਗ ਪੇਪਰ ਨੇ ਜਿਹੜੀ ਕਿ ਬੜਾ ਇਸ ਗੱਲ 'ਤੇ ਲੀਡਿੰਗ ਜਿਹੜੀ ਉਹ ਨਿਊਜ਼ ਦਿੱਤੀਆਂ ਹੈਗੀਆਂ ਕਿ ਜਿਹੜੀ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਉਹ ਕਹਿੰਦਾ ਕਿ ਦੇਖੋ ਪੰਜਾਬ ਦੀਆਂ ਸੜਕਾਂ ਦੀ ਕੀ ਇਤਰਾਜ਼ ਦੀ ਹੈ, ਕਿੱਦਾਂ ਟੋਏ ਪਏ ਆ, ਕਿੱਦਾਂ ਖੱਬੇ ਪਏ ਆ, ਤੇ ਉਹ 2 ਸਾਲ ਤਾਈਂ ਕਿੱਦਾਂ ਜੁੜਨਗੀਆਂ ਪਤਾ ਨਹੀਂ ਲੱਗਦਾ, ਪੈਚਵਰਕ ਹੀ ਨਾ ਪੂਰੇ ਹੋਏ 2 ਸਾਲ। ਨਹੀਂ ਨਹੀਂ, ਪੰਜਾਬ ਨੇ, ਮੈਂ ਦੇਸ਼ ਦੀਆਂ ਸੜਕਾਂ ਦੀ ਗੱਲ ਕੀਤੀ ਹੈ, ਕੇਂਦਰ ਸਰਕਾਰ ਨੇ ਰੱਖਿਆ ਥੋੜ੍ਹਾ ਆਪਾਂ ਪੰਜਾਬ ਦੇ ਉੱਤੇ ਵੀ ਉਹਦੇ 'ਚ ਪੰਜਾਬ ਵੀ ਹੈ, ਪਰ ਪੰਜਾਬ ਨੇ ਜੋ ਇਸ ਵਾਰ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤਾ ਕਿਸਾਨਾਂ ਦੇ ਲਈ ਪ੍ਰੋਵੀਡੈਂਟ ਫੰਡ ਦੀ ਜਿਹੜੀ ਯੋਜਨਾ, ਜਿਹੜੀ ਉਹਦੀ ਪੈਨਸ਼ਨ ਦੀ ਸਕੀਮ ਆ, ਇਹਨਾਂ ਦੇ ਜੋ ਨੇਤਾ ਜੋਗਿੰਦਰ ਯਾਦਵ ਜੀ ਵੀ ਕਹਿੰਦੇ ਸੀ, ਮੈਂ ਉਹਨਾਂ ਦੀ ਵੀ ਸਰਾਹਨਾ ਕਰਦਾ, ਪਰ ਉਹ ਜਿਹੜਾ ਰੱਖਿਆ ਗਿਆ ਪਹਿਲੀ ਸਟੇਟ ਆ ਜਿਹਨੇ ਇਹ ਰੱਖਿਆ, ਕੋਸ਼ਿਸ਼ ਤਾਂ ਕੀਤੀ ਹੈ ਨਾ, ਆਗਾਜ਼ ਤਾਂ ਅੱਛਾ ਹੋਇਆ ਅਤੇ ਅੰਜਾਮ ਵੀ ਅੱਛਾ ਹੋਏਗਾ। ਜੀ ਜੀ, ਚਲੋ ਓਕੇ, ਮੰਨੀ ਗੱਲ ਤੁਹਾਡੀ। ਪ੍ਰੋਫੈਸਰ ਮਨਜੀਤ ਸਿੰਘ, ਜਿਹੜੇ ਪੈਸੇ ਰੱਖਿਆ ਨਾ ਊਠ ਦੇ ਮੂੰਹ 'ਚ ਜੀਰਾ ਆ, 2% ਆ GDP ਦਾ, ਉਹਦੇ ਨਾਲ ਐਗਰੀਕਲਚਰ ਦੇ ਵਿੱਚ ਤੁਸੀਂ 70% ਪਾਪੂਲੇਸ਼ਨ ਨੂੰ 2% ਬਜਟ ਰੱਖ ਕੇ ਕਿੰਨਾ ਕੁ ਤੁਸੀਂ ਉਹਨਾਂ ਨੂੰ ਤਕੜਾ ਗੱਲ, ਕੋਈ ਨੀਤੀ ਨਹੀਂ ਹੈ। ਗੱਲ ਇੱਕ ਸੁਣ ਲਓ ਜੀ, ਸ਼ੁਰੂ ਗੱਲ ਨੂੰ ਕੀ ਹੈ, ਗੱਲ ਕੀ ਹੈ, ਬੰਦੇ ਤਾਂ ਸੁਇਸਾਈਡ ਕਰ ਰਿਹਾ, ਬੰਦੇ ਤਾਂ ਮਰ ਰਿਹਾ। ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਹਾਲਾਤ ਅੱਜ ਤੋਂ, ਜੋ ਕਿਸਾਨੀ ਦੀ ਚਿਹਰਿਆਂ ਤੋਂ ਅਤੇ ਸਿਹਤ ਤੋਂ 50 ਸਾਲ ਪਹਿਲਾਂ ਦੀ ਸੀ, ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਥੱਲੇ ਡਿੱਗ ਪਈ ਹੈ। ਨਾ ਸਿਹਤ ਆ, ਕਰਜ਼ੇ 'ਚ ਦੱਬੇ ਪਏ ਆ, ਕੋਈ ਰੌਣਕ ਨਹੀਂ, ਪੜ੍ਹਾਈ ਨਹੀਂ, ਬੇਰੁਜ਼ਗਾਰੀ ਤ੍ਰਾਸਦੀ ਦੀ ਗੱਲ ਹੈ, ਉਹ ਵੀ ਪੰਜਾਬ ਦੇ ਵਿੱਚ। ਇਸ ਕਰਕੇ ਕਿਤੇ ਨਾ ਕਿਤੇ ਜੇ ਕੋਈ ਐਮਰਜੈਂਸੀ ਡਿਕਲੇਅਰ ਨਾ ਐਗਰੀਕਲਚਰ ਦੇ ਬਾਰੇ ਕੀਤੀ ਤਾਂ ਹਾਲਾਤ ਪੰਜਾਬ ਦੀ ਬਹੁਤ ਇਸ ਵੇਲੇ ਖਤਰਨਾਕ ਹੋ ਚੁੱਕੀ ਹੈ। ਅਸੀਂ 17 ਤਰੀਕ ਨੂੰ ਗਵਰਨਰ ਨੂੰ ਮਿਲੇ ਸੀਗੇ ਆਪਣੇ ਸਵਰਾਜ ਲਹਿਰ ਵੱਲੋਂ, ਜੇ ਅਸੀਂ ਮੈਮੋਰੈਂਡਮ ਦਿੱਤਾ ਕਰਜ਼ਾ ਮੁਕਤੀ ਅੰਦੋਲਨ, ਅਸੀਂ 18 ਪਿੰਡਾਂ ਦੇ ਵਿੱਚ ਰੈਲੀਆਂ ਕਰਕੇ ਆਏ ਹਾਂ, ਅਤੇ ਵੀ ਇਹ ਕਰਜ਼ੇ ਦੇ ਉੱਤੇ ਜੇ ਕਾਂਟਾ ਨਾ ਫੇਰਿਆ ਗਿਆ ਤਾਂ ਪੰਜਾਬ ਨਹੀਂ ਬਚ ਸਕਦਾ। ਮੈਂ ਦੱਸਦਾ, ਕਿਉਂਕਿ ਮੈਂ ਤਾਂ ਇਸ ਇਕਨੋਮਿਕਸ ਨੂੰ ਪੜ੍ਹਿਆ ਹੋਇਆ, ਇਸ ਕਰਕੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਸਾਰੀ ਦੁਨੀਆ ਦੇ ਵਿੱਚ ਹੀ ਖੇਤੀ ਨੂੰ ਜੇ ਗੌਰਮੈਂਟ ਐਕਟਿਵ ਇੰਟਰਸਟ ਲੈ ਕੇ ਆਪਣੀ ਐਕਟਿਵ ਪਾਲਿਸੀ ਬਣਾ ਕੇ ਉਹਨੂੰ ਨਹੀਂ ਬਚਾਊਗੀ, ਉਹ ਖਤਮ ਹੋ ਜੂਗੀ, ਔਰ ਬਹੁਤ ਬੁਰੇ ਤਰੀਕੇ ਨਾਲ ਖਤਮ ਹੋਊਗੀ। ਔਰ ਸਾਡੇ ਤਾਂ, ਕਿਉਂਕਿ ਸਾਡੇ ਕੋਲ ਇੰਡਸਟਰੀ ਉੱਡੀ ਤੇਜ਼ੀ ਨਾਲ ਵੱਧ ਹੀ ਨਹੀਂ ਰਹੀ, ਇੰਡਸਟਰੀ ਤਾਂ ਬੰਦ ਹੋ ਰਹੀ ਆ ਪੰਜਾਬ ਵਿੱਚ, ਤਾਂ ਇੰਡਸਟਰੀ ਬੰਦ ਹੋ ਰਹੀ ਹੈ, ਮੰਡੀ ਗੋਬਿੰਦਗੜ੍ਹ, ਹੋਰ ਸਾਰਾ ਲੁਧਿਆਣਾ, ਜਲੰਧਰ, ਸਾਰਾ ਜਿੱਥੇ ਦੇਖ ਲਓ, ਅਤੇ ਜਦ ਇੰਡਸਟਰੀ ਵਿੱਚ ਆ ਨਹੀਂ ਸਕਦੇ, ਇੰਪਲਾਇਮੈਂਟ ਹੈ ਨਹੀਂ, ਪਿੰਡ 'ਚ ਖੇਤੀ 'ਚ ਉਹਨਾਂ ਨੂੰ ਕੁਛ ਬਚਦਾ ਨਹੀਂ, ਉਹ ਜਾਣ ਤਾਂ ਕਿੱਥੇ ਜਾਣ। ਇਸ ਕਰਕੇ ਕੋਈ ਪੋਲਿਸੀ ਕੰਪਰੀਹੈਂਸਿਵ ਖੇਤੀ ਬਾਰੇ ਚਾਹੀਦੀ ਹੈ, ਲੋੜ ਹੈਗੀ ਹੈ। ਓਕੇ, ਇਹਦੇ ਵੀ ਜੀ, ਜਿਸ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ, ਖਾਸ ਤੌਰ 'ਤੇ ਜਿਹੜਾ ਸਾਡੇ ਦੋਨਾਂ ਜਿਹੜੇ ਮਹਿਮਾਨਾਂ ਨੇ ਇਹ ਗੱਲ ਵੀ ਇਸ਼ੂ ਰੇਜ਼ ਕੀਤਾ, ਕਿਸਾਨਾਂ ਦੇ ਕਰਜ਼ੇ ਦੀ ਗੱਲ, ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨਾਂ 'ਚ ਵਿਧਾਨ ਸਭਾ ਦੇ ਅੰਦਰ ਇੱਕ ਜਿਹੜਾ ਖੇਤੀ ਕਰਜ਼ਾ ਰਾਹਤ ਬਿੱਲ ਵੀ ਲਿਆਂਦਾ ਗਿਆ, ਤੁਹਾਨੂੰ ਲੱਗਦਾ ਕਿ ਉਹ ਆਪਣੇ ਆਪ ਦੇ ਵਿੱਚ ਮੁਕੰਮਲ ਹੈਗਾ, ਕਿਸਾਨਾਂ ਨੂੰ ਜਿਹੜਾ ਹੈ ਕਰਜ਼ਿਆਂ ਤੋਂ ਬਾਹਰ ਲਿਆ ਸਕੇਗਾ? ਨਹੀਂ, ਉਹ ਜੇਤਾ ਜੀ, ਉਹ 'ਚ 2 ਅਲੱਗ ਅਲੱਗ ਗੱਲਾਂ ਨੇ, ਆਪਾਂ ਉਹਨੂੰ ਮਿਕਸ ਨਾ ਕਰੀਏ। ਓਕੇ, ਇਹ ਤਾਂ ਦੇਖੋ 10 ਸਾਲ ਬਾਅਦ, ਮਤਲਬ ਕਾਂਗਰਸ ਗਵਰਨਮੈਂਟ ਨੇ ਬਣਾਇਆ ਸੀ ਬਿੱਲ, ਲੇਕਿਨ ਉਹ ਲਿਆ ਨਹੀਂ ਸਕੇ, ਉਹਦੇ 'ਚ ਆੜਤੀਆਂ ਦਾ ਦਬਾਅ ਹੈ, ਨਹੀਂ ਆ ਸਕਿਆ। ਖੈਰ, 10 ਸਾਲ ਬਾਅਦ ਬਾਲ ਸਾਹਿਬ ਨੇ ਕਿਸਾਨਾਂ ਦੇ ਪ੍ਰੈਸ਼ਰ ਥੱਲੇ ਲੈ ਕੇ ਆਏ, ਮਤਲਬ ਇਹ ਨਹੀਂ ਕਿ ਆਪਣੇ ਆਪ ਲੈ ਕੇ, ਤੁਹਾਨੂੰ ਯਾਦ ਹੋਊਗਾ 7 ਦਿਨ ਤੱਕ ਰੇਲਾਂ ਬੰਦ ਰਹੀਆਂ। ਬਿਲਕੁਲ, ਉਸ 'ਚ ਉਸ ਦੌਰਾਨ ਜੋ ਕਿਸਾਨਾਂ ਨਾਲ ਫਿਰ ਗੱਲਬਾਤ ਹੋਈ ਹੈ ਔਨ ਦਾ ਟੇਬਲ, ਉਸ ਤੋਂ ਬਾਅਦ ਇਹ ਚੀਜ਼ ਬਾਹਰ ਆਈ ਹੈ ਕਿ ਇਹ ਅਸੀਂ ਲੈ ਕੇ ਆਵਾਂਗੇ। ਹਾਂ, ਦੂਜੀ ਗੱਲ ਇਹ ਕਿ ਇਹ, ਪਰ ਮੈਨੂੰ ਇੱਕ ਪੋਜ਼ਿਟਿਵ ਸਟੈਪ ਜ਼ਰੂਰ ਮੰਨਦਾ, ਉਹਦਾ ਕਾਰਨ ਇਹ ਹੈ ਕਿ ਹੁਣ ਤੱਕ ਕਿਸਾਨਾਂ ਕੋਲ ਕੋਈ ਰਾਹ ਨਹੀਂ ਹੈ ਕਿ ਉਹ ਕਿੱਧਰ ਜਾਏ। ਅਗਰ ਮੇਰਾ ਆੜ੍ਹਤੀ ਨਾਲ, ਆਪਣੇ ਆੜ੍ਹਤੀ ਨਾਲ
ਡਿਸਪਿਊਟ ਹੋ ਜਾਂਦਾ ਹੈ, ਮੈਂ ਕੀ ਕਰੂੰਗਾ? ਮੇਰੇ ਕੋਲ ਸਵਾ ਉਹ ਮੈਨੂੰ ਹਿਊਮੀਲੇਟ ਕਰਦਾ ਆ ਕੇ, ਔਰ ਮੇਰੇ ਕੋਲ ਫਿਰ ਆਤਮ ਹੱਤਿਆ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿੰਦਾ। ਇਸ ਹੁਣ ਐਟਲੀਸਟ ਇੱਕ ਫੋਰਮ ਬਣ ਗਿਆ, ਕਿਸਾਨ ਆਪਣੀ ਸ਼ਿਕਾਇਤ ਤਾਂ ਦਰਜ ਕਰਾ ਹੀ ਸਕਦਾ, ਮਤਲਬ ਟ੍ਰਿਬਿਊਨਲ ਦੇ ਰਾਹੀਂ ਵੀ ਉਹ ਜਾ ਸਕਦਾ, ਉਹ ਫੋਰਮ ਤੋਂ ਅਗਰ ਉਹਨੂੰ ਨਹੀਂ ਰਿਲੀਫ ਮਿਲਦੀ ਤਾਂ ਟ੍ਰਿਬਿਊਨਲ ਤੱਕ ਵੀ ਜਾ ਸਕਦਾ, ਔਰ 3 ਮਹੀਨੇ 'ਚ ਉਹ ਹੱਲ ਕਰਨਾ, ਇਹ ਵੀ ਗੌਰਮੈਂਟ ਨੇ ਉਹਦੇ 'ਚ ਉਹ ਕੀਤੀ ਹੈ। ਮੈਂ ਅੱਜ ਹੀ ਬਿੱਲ ਬਹੁਤ ਗੰਭੀਰਤਾ ਨਾਲ ਸਟੱਡੀ ਕੀਤਾ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿਸਾਨ ਨੂੰ ਨਿਸ਼ਚਿਤ ਰੂਪ 'ਚ ਰਾਹਤ ਦੇਣਗੀਆਂ। ਮਤਲਬ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਕਿ ਕਿਸਾਨ ਜਦੋਂ ਉਹ ਅਗਰ ਡਿਸਪਿਊਟ ਹੋ ਗਿਆ, ਚਾਹੇ ਉਹ ਕਿਸੇ ਵੀ ਇੰਟਰਸਟ 'ਤੇ ਉਸ ਤੋਂ ਲੋਨ ਲੈ ਰਿਹਾ ਹੋਵੇ, ਜਦੋਂ ਲੇਕਿਨ ਫੋਰਮ 'ਚ ਜਾਏਗਾ, ਉਦੋਂ ਗੌਰਮੈਂਟ ਨੇ ਜੋ ਰੇਟ ਡਿਕਲੇਅਰ ਕਰੇਗੀ ਉਹਦੇ ਮੁਤਾਬਕ ਉਹਦੇ 'ਤੇ ਹੀ ਉਹ ਫੈਸਲਾ ਹੋਏਗਾ। ਸੋ ਇਹ ਇੱਕ ਉਹਨਾਂ ਲਈ ਚੰਗੀ ਉਹ ਹੈਗੀ ਹੈ ਗੱਲ, ਮਤਲਬ ਵੈਲਕਮ ਸਟੈਪ ਹੈ। ਜਦੋਂ ਦੇਖੋ ਕੋਈ ਇਹ ਸਟੈਪ ਲਿੱਤਾ ਹੋ ਸਕਦਾ ਖਾਮੀਆਂ ਵੀ ਹੋਣ, ਖਾਮੀਆਂ ਹੋਣਗੀਆਂ ਤਾਂ ਦੂਰ ਵੀ ਹੋ ਸਕਦੀਆਂ ਨੇ, ਓਕੇ, ਪਰ ਜਦ ਤੱਕ ਆਪਾਂ ਲਵਾਂਗੇ ਹੀ ਨਹੀਂ, ਚੱਲਾਂਗੇ ਨਹੀਂ, ਤਾਂ ਉਸ ਤੋਂ ਹੱਲ ਨਹੀਂ ਹੋਊਗਾ। ਦੂਜੀ ਮੈਂ ਇੱਕ ਗੱਲ ਜਿਹੜੀ ਗਰੇਵਾਲ ਸਾਹਿਬ ਨੇ ਕਹੀ ਹੈ, ਮੈਂ ਉਸ ਤੋਂ ਇਤਫਾਕ ਨਹੀਂ ਰੱਖਦਾ। ਜਿਹੜੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਹੈਗੀ ਹੈ, ਉਹਦਾ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੈ। ਸ਼ਾਇਦ ਇਹਨਾਂ ਨੂੰ ਪਤਾ ਹੋਊਗਾ ਕਿ ਉਹ ਜਿਹੜੀ ਯੋਜਨਾ ਹੈ ਉਹ ਸਿਰਫ ਉਹਨਾਂ ਥਾਵਾਂ ਵਾਸਤੇ ਹੈ ਜਿਹੜੀਆਂ ਰੋਡਸ ਹਜੇ ਤੱਕ ਮੇਨ ਰੋਡਸ ਤੱਕ ਨਹੀਂ ਮਿਲਦੀਆਂ। ਸਾਡੇ ਤਾਂ 76 ਤੋਂ ਰੋਡਸ ਮਿਲੀਆਂ ਹੋਈਆਂ ਨੇ ਲਿੰਕ। ਸਾਨੂੰ ਤਾਂ ਉਸ ਯੋਜਨਾ 'ਚ ਖੁੱਲ੍ਹਾ ਪੈਸਾ ਚਾਹੀਦਾ, ਬਣ ਗਿਆ ਸਾਨੂੰ ਤਾਂ ਉਹ ਰਿਪੇਅਰ ਕਰਨ ਵਾਸਤੇ ਪੈਸਾ ਚਾਹੀਦਾ ਹੈ। ਬਾਕੀ ਰਾਜਾਂ ਨਾਲੋਂ ਵੱਖ ਕਰਕੇ ਵੱਖ ਕਰਕੇ ਦੇਖਿਆ ਜਾਏ, ਕਿਉਂਕਿ ਆਲਰੇਡੀ ਅਸੀਂ ਸਾਰੇ ਲਿੰਕ ਰੋਡਸ ਅਸੀਂ ਬਣਾ ਚੁੱਕੇ ਹਾਂ, ਹੁਣ ਇੰਨਾ ਵੱਡਾ ਸਟਰੈਂਥਨ ਕਰ ਲਿਆ ਅਸੀਂ ਉਹਦੀ ਰਿਪੇਅਰ ਲਈ। ਜਗਤਾਰ ਜੀ ਤੁਹਾਨੂੰ ਹੈਰਾਨੀ ਹੋਊਗੀ, ਉਹਦੀ ਰਿਪੇਅਰ ਲਈ ਹਰ ਸਾਲ 1500 ਕਰੋੜ ਰੁਪਏ ਚਾਹੀਦਾ, ਜਦਕਿ ਸਾਡੇ ਤੋਂ ਸਾਰਾ ਰੂਰਲ ਡਿਵੈਲਪਮੈਂਟ ਫੰਡ ਸਾਡਾ 400 ਕਰੋੜ ਰੁਪਏ ਨਹੀਂ ਇਕੱਠਾ ਹੁੰਦਾ। ਬਿਲਕੁਲ, ਜਿਹੜੀ ਮੈਂ ਗੱਲ ਕਹੀ ਇਸੇ ਕਰਕੇ ਅਖਬਾਰਾਂ 'ਚ ਲੀਡਿੰਗ ਇਹ ਆ ਰਿਹਾ ਕਿ ਵੀ ਕਿੱਥੋਂ ਲੱਗਣਗੇ ਪੈਚ ਵਾਲੇ। ਉਹਦਾ ਕਾਰਨ ਹੀ ਸਿਰਫ ਇਹ ਹੈ ਵੀ ਚਾਹੀਦਾ ਅਸੀਂ ਓਵਰ ਇਨਫਰਾਸਟਰਕਚਰ ਹੋ ਗਿਆ ਹੁਣ। ਮੈਂ ਇਹ ਗੱਲ ਕਹੂੰਗਾ ਵੀ ਕਈ ਪਿੰਡ ਤਾਂ ਮਨਜੀਤ ਸਿੰਘ ਹੋਰਾਂ ਨੂੰ ਤਾਂ ਡਾਟ ਕੀ ਨਾਮ ਹੈ ਇਹਨਾਂ ਨੂੰ ਤਾਂ ਜ਼ਿਆਦਾ ਪਤਾ ਹੋਊਗਾ, ਪਿੰਡਾਂ 'ਚ ਰਹਿੰਦੇ ਹੈ, ਕਈ ਪਿੰਡ ਤਾਂ 3-3, 4-4 ਸੜਕਾਂ ਨਾਲ ਜੁੜੇ ਹੋਏ ਜੀ, ਉਹ ਓਵਰ ਇਨਫਰਾਸਟਰਕਚਰਡ ਹੋ ਗਿਆ। ਉਹਨਾਂ ਨੂੰ ਹੁਣ ਤਾਂ ਚਾਹੀਦਾ ਕਿ ਉਹ ਠੀਕ ਕਿਵੇਂ ਕਰਨੀ ਹੈ, ਸੜਕਾਂ ਟੁੱਟ ਚੁੱਕੀਆਂ ਨੇ ਬੁਰੀ ਤਰ੍ਹਾਂ ਉਹ ਹੋ ਗਈਆਂ, ਤੇ ਉਹ ਠੀਕ ਕਿਵੇਂ ਕਰਨਾ, ਉਸ ਲਈ ਪੈਸਾ ਚਾਹੀਦਾ। ਓਕੇ, ਆਪਾਂ ਗਰੇਵਾਲ ਜੀ ਕੋਲ ਜਾਣਾ। ਗਰੇਵਾਲ ਜੀ, ਜਿਹੜੀ ਇੱਕ ਤਾਂ ਇਹਨਾਂ ਨੇ ਇਸ਼ੂ ਇਹ ਰੇਸ ਕੀਤਾ ਵੀ ਖਾਸ ਤੌਰ 'ਤੇ ਜਦੋਂ ਨੈਸ਼ਨਲ ਲੈਵਲ 'ਤੇ ਪੋਲਿਸੀਜ਼ ਬਣਦੀਆਂ, ਪੰਜਾਬ ਨੂੰ ਦੂਜਿਆਂ ਨਾਲੋਂ ਵੱਖਰੇ ਤੌਰ 'ਤੇ ਕਰਕੇ ਵੇਖਣ ਦੀ ਲੋੜ ਹੈ, ਕਿਉਂਕਿ ਪੰਜਾਬ 'ਚ ਕਾਫੀ ਤੌਰ 'ਤੇ ਪਹਿਲਾਂ ਹੀ ਬੁਨਿਆਦੀ ਢਾਂਚਾ ਹੈਗਾ। ਠੀਕ ਹੈ, ਮੈਂ ਇਹ ਜਿਹੜੀ ਗੱਲ ਕਹਿ ਰਹੇ ਇਹ ਵੀ ਆਪਦੀ ਜਗ੍ਹਾ ਠੀਕ ਕਹਿ ਰਹੇ ਆ, ਪਰ ਬਾਕੀ ਦੇਸ਼ ਦੇ ਹਿੱਸਿਆਂ 'ਚ ਬੁਨਿਆਦੀ ਢਾਂਚਾ ਕਈ ਜਗ੍ਹਾ ਨਹੀਂ ਹੈਗਾ, ਉਹ ਵੀ ਦੇਸ਼ ਦਾ ਪਾਰਟ ਨੇ, ਉਹਨਾਂ ਲਈ ਉਹ ਯੋਜਨਾ ਬਣੀਆਂ ਨੇ ਜੀ। ਠੀਕ ਹੈ ਨਾ, ਉੱਥੇ ਵੀ ਕਿਸਾਨ ਵੀ ਰਹਿੰਦੇ ਆ ਅਤੇ ਆਪਣੇ ਦੇਸ਼ ਵਾਸੀ ਵੀ ਰਹਿੰਦੇ ਆ, ਪਰ ਪੰਜਾਬ ਦੇ ਅੰਦਰ ਜਿਹੜੀ ਗੱਲ ਇਹ ਕਹਿ ਰਹੇ ਆ ਨਾ, ਜਿਹੜਾ ਢਾਂਚਾ ਅਸੀਂ ਖੜ੍ਹਾ ਕੀਤਾ, ਜਿਹੜਾ ਕਾਨੂੰਨ ਵੀ ਬਣਾਇਆ, ਕਾਨੂੰਨ ਅੱਛਾ ਬਣਾਇਆ ਕਿਸਾਨਾਂ ਲਈ, ਕਰਜ਼ਾ ਰਾਹਤ ਬਿੱਲ ਜਿਹੜਾ ਲਿਆਂਦਾ ਇਹ ਅੱਛਾ ਹੈਗਾ, ਪਰ ਅਸੀਂ ਵਾਸਤਵਿਕਤਾ ਤੋਂ ਦੂਰ ਹੋ ਕੇ ਸਾਰੇ ਕਾਨੂੰਨ ਬਣਾਉਂਦੇ ਹਾਂ, ਕਈ ਵਾਰ ਇਹੋ ਜਿਹੇ ਕੰਮ ਕੀਤੇ ਹੋਏ ਨੁਕਸਾਨ ਵੀ ਦਿੰਦੇ ਹਾਂ। ਓਕੇ, ਇਹ ਕਿਸ ਤਰ੍ਹਾਂ ਜਿਹੜਾ ਕਿਸਾਨ ਲਈ ਕ੍ਰੈਡਿਟ ਕਾਰਡ ਲੈ ਕੇ ਆਏ, ਉਹ ਵੀ ਇਹਨਾਂ ਤੋਂ ਆੜਤੀਆਂ ਤੋਂ ਛੁਟਕਾਰਾ ਦਵਾਉਣ ਲਈ ਲਿਆਂਦਾ ਸੀ, ਅਤੇ ਕਿਸਾਨਾਂ ਨੇ, ਸਾਡਾ ਕਿਸਾਨ ਅਨਪੜ੍ਹ ਆ ਵਿਚਾਰਾ, ਜ਼ਰੂਰਤ ਪੈਸੇ ਦੀ ਜ਼ਿਆਦਾ, ਉਹ ਜ਼ਮੀਨ ਦੀਆਂ ਕੀਮਤਾਂ ਜ਼ਿਆਦਾ ਹੋ ਗਈਆਂ ਅਤੇ ਲਿਮਿਟ ਜ਼ਿਆਦਾ ਹੋ ਗਈ ਅਤੇ ਉਹਨਾਂ ਨੇ ਕਰਜ਼ ਬਹੁਤ ਜ਼ਿਆਦਾ ਚੱਕ ਲਿਆ, ਇਹ ਵੀ ਇੱਕ ਸੁਸਾਈਡਸ ਦਾ ਕਾਰਨ ਬਣਿਆ ਸਾਡਾ, ਜਿਹੜਾ ਅਸੀਂ ਤਾਂ ਲਿਆਉਂਦਾ ਸੀ ਅੱਛੇ ਵਾਸਤੇ। ਔਰ ਦੂਜਾ ਕੀ ਹੈ ਕਿ ਹੁਣ ਉਹਨਾਂ ਲਈ ਜਿਹੜੇ ਆੜ੍ਹਤੀਏ ਨੇ, ਜਦੋਂ ਅਸੀਂ ਉਹਨਾਂ ਨਾਲ ਸਖਤੀ ਕਰਾਂਗੇ, ਉਹ ਸਮਾਜਿਕ ਤਾਣਾਵਾਣਾ ਟੁੱਟੇਗਾ, ਉਹ ਪੈਸਾ ਦੇਣਾ ਬੰਦ ਕਰ ਦੇਣਗੇ, ਅਤੇ ਉਹਨਾਂ ਲਈ ਇੱਕ ਆਲਟਰਨੇਟ ਵਿਵਸਥਾ ਕਰਨੀ ਵੀ ਬਹੁਤ ਜ਼ਰੂਰੀ ਹੈ। ਨਹੀਂ ਗਰੇਵਾਲ ਜੀ, ਕੀ ਆਪਾਂ ਮਤਲਬ ਜਿਹੜਾ ਆੜ੍ਹਤੀਆਂ ਦੇ ਜਿਹੜੇ ਰਾਈਟਸ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ? ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰਨਾ ਚਾਹੁੰਦੇ, ਅਸੀਂ ਇਹ ਚਾਹੁੰਦੇ ਹਾਂ ਕਿ ਉਹਦੇ ਲਈ ਆਲਟਰਨੇਟ ਬੈਂਕਿੰਗ ਦੀ ਵਿਵਸਥਾ ਜਿਹੜੀ ਆ, ਕੋਆਪਰੇਟਿਵ ਅਦਾਰੇ ਹੋਰ ਵਧਣ, ਹੈ ਤਾਂ ਉਹ ਘੱਟੇ ਜਾ ਰਹੇ ਨਾ, ਤੇ ਗੌਰਮੈਂਟ ਉਹਨਾਂ ਨੂੰ ਫਾਈਨੈਂਸ ਕਰੇਗੀ, ਸਬਸਿਡੀ ਤੇ ਦੇਣੀ ਇਹ ਆ ਕਿ ਉਹ ਜਾਂ ਤਾਂ ਕਿਸਾਨਾਂ 'ਚ ਇੰਨੀਆਂ ਸੂਝਵਾਨ ਸੰਸਥਾਵਾਂ ਆ ਜਾਣ ਕੋਆਪਰੇਟਿਵ ਦੀਆਂ, ਉਹ ਉਹਨਾਂ ਨੂੰ ਮੈਨੇਜ ਕਰ ਲੈਣ, ਅਤੇ ਨਹੀਂ ਤਾਂ ਇਹ ਵਿਵਸਥਾ ਜੇ ਆਲਟਰਨੇਟ ਨਾ ਹੋਈ ਤਾਂ ਕਿਸਾਨ ਲਈ ਹੋਰ ਮੁਸ਼ਕਿਲ ਹੋ ਜਾਣੀ ਹੈ, ਕਿਉਂਕਿ 50-50 ਹਜ਼ਾਰ ਜਿਹੜਾ ਅਸੀਂ ਕੀਤਾ ਨਾ ਕਿਸਾਨ ਵਾਸਤੇ ਹਰ ਫਸਲ 'ਤੇ ਦੇਵਾਂਗੇ, ਜਿਹੜਾ ਇਹ 1 ਏਕੜ 'ਤੇ ਜਾਂ ਉਸ ਤੋਂ, ਉਹ ਮੈਂ ਸਮਝਦਾ ਕਿ 50,000 ਬਹੁਤ ਘੱਟ ਆ ਕਿਸਾਨ ਲਈ, ਉਹਦੀ ਜਾਂ ਤਾਂ ਉਹਦੀ ਲਿਮਿਟ ਵਧਾਈਏ 2-2.5 ਲੱਖ ਕਰ ਦਈਏ, ਅਤੇ ਫਿਰ ਇਹ ਕਾਨੂੰਨ ਬਹੁਤ ਵਧੀਆ, ਅਤੇ ਜੇ ਅਸੀਂ ਉਹ ਲਿਮਿਟ ਨਹੀਂ ਵਧਾਉਂਦੇ ਤਾਂ ਜਿਹੜੇ ਸਮਾਲ ਐਂਡ ਮਾਰਜਨਲ ਫਾਰਮਰਸ ਨੇ ਜਿਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਇਸ ਵੇਲੇ, ਅਤੇ ਉਹਨਾਂ ਲਈ ਮੁਸ਼ਕਿਲ ਖੜੀ ਹੋ ਜਾਏਗੀ। ਓਕੇ ਓਕੇ, ਪ੍ਰੋਫੈਸਰ ਮਨਜੀਤ ਸਿੰਘ, ਬਿਲਕੁਲ ਸੰਖੇਪ ਦੇ ਵਿੱਚ ਜਿਹੜਾ ਹੈਗਾ, ਸੰਖੇਪ 'ਚ ਗੱਲ ਇਹ ਆ ਕਿ ਜਿਹੜੇ 5 ਏਕੜ ਤੱਕ ਦੇ ਕਿਸਾਨ ਹੈਗੇ, ਉਹਨਾਂ ਦੇ ਕਰਜ਼ਾ ਉਹਨਾਂ ਦੀ ਇਨਕਮ ਨਾਲੋਂ 8 ਗੁਣਾ ਜ਼ਿਆਦਾ, ਜਿਹੜੇ ਮੱਧਮ ਅਤੇ ਉੱਚੇ ਦਰਜੇ ਦੇ ਹੈ ਉਹਨਾਂ ਦੇ ਉੱਤੇ ਉਹਨਾਂ ਦੀ ਇਨਕਮ ਨਾਲੋਂ 2.5 ਗੁਣਾ ਤੋਂ ਉੱਪਰ, ਤਕਰੀਬਨ 3-3 ਗੁਣਾ ਕਰਜ਼ਾ। ਮੈਨੂੰ ਇਹ ਲੱਗੋ, ਮੈਨੂੰ ਇਹ ਦੱਸੋ
ਵੀ ਜੇ ਉਹਨਾਂ ਦੀ ਇਨਕਮ ਹੋਊਗੀ ਨਹੀਂ ਅਤੇ ਜਿਹਦਾ ਕਰਜ਼ਾ ਆਮਦਨ ਨਾਲੋਂ 8 ਗੁਣਾ ਆ, ਜਿਹੜਾ 75 ਉਹਨਾਂ ਦੀ ਗਿਣਤੀ ਆ 75%, ਉਹ ਤਾਂ ਮਰੇ ਹੀ ਮਰੇ ਆ, ਕਿੱਥੋਂ ਉਹਨਾਂ ਨੂੰ ਪੈਸਾ ਆਊਗਾ, ਕਿੱਥੋਂ ਪੈਸਾ ਆਊਗਾ? ਇਸ ਕਰਕੇ ਤੁਸੀਂ ਇਸ ਗੱਲ ਦੀ ਆਪਾਂ ਕੋਈ ਰਾਹ ਕੱਢੀਏ ਕਿ ਜੇ ਆਪਾਂ 1,14,000 ਕਰੋੜ ਬੈਡ ਲੋਨਸ ਕਹਿ ਕੇ ਕਾਂਟਾ ਮਾਰ ਸਕਦੇ ਹਾਂ ਕਾਰਪੋਰੇਟਾਂ ਦਾ, ਤੇ ਇਹਨਾਂ ਗਰੀਬਾਂ ਦਾ ਵੀ ਕੁਝ ਕਰੋ, ਇੱਥੇ ਕਾਰਪੋਰੇਟਿਵ ਘਾਟੇ 'ਚ ਜਾ ਰਹੇ ਨੇ। ਸਮਜੀਤ ਸਿੰਘ, ਥੈਂਕ ਯੂ ਵੈਰੀ ਮੱਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਕਿਸਾਨਾਂ ਦੀ ਤਰਾਸਦੀ ਦੇ ਉੱਤੇ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ। ਪਹਿਲੇ ਪੜਾਅ ਦੀ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਹਰਜੀਤ ਸਿੰਘ ਗਰੇਵਾਲ, ਪ੍ਰੋਫੈਸਰ ਮਨਜੀਤ ਸਿੰਘ ਅਤੇ ਇੰਦਰਪ੍ਰੀਤ ਸਿੰਘ ਜੀ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹੈ। ਦੂਜੇ ਪੜਾਅ ਦੀ ਚਰਚਾ 'ਚ ਅਸੀਂ ਕਿਸਾਨੀ ਦੇ ਮੁੱਦਿਆਂ 'ਤੇ ਚਰਚਾ ਕਰਾਂਗੇ। ਇਸ ਲਈ ਮੇਰੀ ਜਿਹੜੀ ਹੈਗੀ ਹੈ ਦਰਸ਼ਕਾਂ ਨੂੰ ਵੀ ਇਹ ਸਲਾਹ ਹੈ ਕਿ ਤੁਸੀਂ ਦੂਜੇ ਪੜਾਅ ਦੀ ਚਰਚਾ ਦੇਖਣਾ ਵੀ ਨਾ ਭੁੱਲਿਓ।